ਇੰਪੋਰਟੈਂਟ ਹਿਸਟੋਰੀਕਲ ਪਲੇਸਸ ਤੇ ਇਸ ਤੋਂ ਇਲਾਵਾ ਜਿਹੜੇ ਕਿ ਪਲੱਸ 1 ਕਲਾਸ ਦੇ ਲਈ ਪਹਿਲਾਂ ਵੀਡੀਓਜ਼ ਦੇ ਵਿੱਚ ਜਿਹੜੇ ਕਿ ਮੈਪ ਕਰਵਾ ਚੁੱਕੇ ਉਹ ਕਿਹੜੇ-ਕਿਹੜੇ ਕਰਵਾ ਚੁੱਕੇ ਉਹਨਾਂ ਦਾ ਲਿੰਕ ਹੈ ਜਿਹੜੇ ਕਿ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਜਾਊਗਾ ਤੁਸੀਂ ਉਹ ਜ਼ਰੂਰ ਵਾਚ ਕਰਨੇ ਨੇ ਜਿਵੇਂ ਮੁਗਲ ਬਾਦਸ਼ਾਹ ਅਕਬਰ ਦੀਆਂ ਮਹੱਤਵਪੂਰਨ ਜਿੱਤਾਂ ਦੇ ਜਿਹੜੇ ਕਿ ਸਥਾਨ ਨੇ ਤੇ ਇਸ ਤੋਂ ਇਲਾਵਾ ਮਹਾਰਾਜ ਰਣਜੀਤ ਸਿੰਘ ਦੇ ਜਿਹੜੇ ਕਿ ਜਿੱਤਾਂ ਦੇ ਉਹਨਾਂ ਦੇ ਸਥਾਨ ਦਰਸਾਏ ਹੋਏ ਉਹ ਵਾਲੀ ਵੀਡੀਓ ਦਾ ਲਿੰਕ ਹੈ ਜਿਹੜੇ ਕਿ ਸ਼ੇਅਰ ਕੀਤਾ ਜਾਊਗਾ ਤੁਸੀਂ ਉਹ ਜ਼ਰੂਰ ਵਾਚ ਕਰਨੀਆਂ ਨੇ ਤੇ ਹੁਣ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਕਿ ਮਹੱਤਵਪੂਰਨ ਇਤਿਹਾਸਿਕ ਸਥਾਨ ਕਰਵਾ ਰਹੀਆਂ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਕਿ ਮੈਪ ਆ ਤੁਹਾਡਾ 6 ਮਾਰਕਸ ਦਾ ਆਣਾ ਜਿਸ ਦੇ ਵਿੱਚੋਂ ਤੁਹਾਨੂੰ ਜਿਹੜੇ ਕਿ 4 ਸਥਾਨ ਤੁਸੀਂ ਫਿਲ ਕਰਨੇ ਨੇ ਥੈਨ 4 ਸਥਾਨ ਜੋ ਤੁਸੀਂ ਫਿਲ ਕੀਤੇ ਨੇ ਉਹਨਾਂ ਦੀ ਵਿਆਖਿਆ ਦੇਣੀ ਆ ਤੇ ਵਿਆਖਿਆ ਦੇ ਤੁਹਾਨੂੰ ਮਿਲਣਗੇ 2 ਮਾਰਕਸ ਟੋਟਲ ਮਤਲਬ ਕਿ 6 ਮਾਰਕਸ ਦਾ ਤੁਹਾਡਾ ਜਿਹੜੇ ਕਿ ਇਹ ਮੈਪ ਆ ਤੇ ਹੁਣ ਇਸ ਦੇ ਵਿੱਚ ਮੈਂ ਤੁਹਾਨੂੰ ਜਿਹੜੇ ਕਿ ਮਹੱਤਵਪੂਰਨ ਇਤਿਹਾਸਿਕ ਸਥਾਨ ਜਿਹੜੇ ਕਿ ਫਿਲ ਕਰਵਾਉਂਗੀ ਜਿਵੇਂ ਕਿ ਫਰਸਟ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਪ ਦੇ ਵਿੱਚ ਜਿਹੜੇ ਕਿ ਸੱਜੇ ਵਾਲੇ ਸਾਈਡ 'ਉਨਾ ਤੇ ਬੰਗਲਾਦੇਸ਼ ਹੈ ਜਿਵੇਂ ਬੰਗਲਾਦੇਸ਼ ਦੇ ਜਿਹੜੇ ਕਿ ਆਹ ਵਾਲੀ ਤੋਂ ਯਾਦ ਰੱਖਣਾ ਇਹ ਇਸ ਵਾਲੀ ਜਿਹੜੀ ਕਿ ਬਾਉਂਡਰੀ ਤੋਂ ਇੱਥੋਂ ਤੁਸੀਂ ਜਿਹੜੇ ਕਿ ਆਹ ਬੰਗਲਾਦੇਸ਼ ਆ ਬੰਗਲਾਦੇਸ਼ ਤੋਂ ਨਾਲ ਲੱਗਦੇ ਆਹ ਵਾਲੀ ਜਿੱਥੇ ਆਪਣਾ ਪੱਛਮੀ ਬੰਗਾਲਾ ਜਿਹੜੇ ਕਿ ਪੱਛਮੀ ਬੰਗਾਲ ਦੇ ਵਿੱਚ ਤੁਸੀਂ ਜਾਣਾ ਇੱਥੇ ਤੁਸੀਂ ਇੱਥੋਂ ਜਿਹੜੇ ਕਿ ਪੱਛਮੀ ਬੰਗਾਲ ਆਹ ਵਾਲਾ ਜਿਹੜੇ ਕਿ ਇਹ ਏਰੀਆ ਪੱਛਮੀ ਬੰਗਾਲ ਦਾ ਤਾਂ ਤੁਸੀਂ ਇੱਥੇ ਇਹ ਵਾਲੀ ਝੁੰਜ ਦੇ ਉੱਪਰ ਹੈ ਜਿਹੜੇ ਕਿ ਇੱਥੇ ਲਿਖੋਗੇ ਤੁਸੀਂ ਕੋਲਕਾਤਾ ਇੱਥੇ ਕਲਕੱਤਾ ਕਲਕੱਤਾ ਜਿਹੜੀ ਕਿ ਇਹਦੀ ਇੰਪੋਰਟੈਂਸ ਕੀ ਆ ਏ ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਆ ਕਿ ਦੇਖੋ ਕਿਉਂਕਿ ਵਿਆਖਿਆ ਵੀ ਨਾਲ ਨਾਲ ਲਿਖਣੀ ਆ ਜੋ ਮੈਂ ਹਾਈਲਾਈਟ ਕੀਤਾ ਹੋਇਆ ਤੁਸੀਂ ਇਸ ਨੂੰ ਜਿਹੜੇ ਕਿ ਆਪਣਾ ਯਾਦ ਕਰਨਾ ਕਲਕੱਤਾ ਜਿਹੜੀ ਕਿ ਪੱਛਮੀ ਬੰਗਾਲ ਦੇ ਵਿੱਚ ਸਥਿਤ ਹੈ ਤੇ ਇਹ ਅੰਗਰੇਜ਼ਾਂ ਦੀ ਜਿਹੜੀ ਕਿ ਪ੍ਰਸਿੱਧ ਵਪਾਰਿਕ ਵਸਤੀ ਬਣੀ ਹੋਈ ਸੀ ਤੇ ਇੱਥੇ ਉਹਨਾਂ ਨੇ ਜਿਹੜੇ ਕਿ 1695 ਦੇ ਵਿੱਚ ਫੈਕਟਰੀ ਸਥਾਪਿਤ ਕੀਤੀ ਸੀ ਤੇ 1828 ਈਸਵੀ ਦੇ ਵਿੱਚ ਰਾਜਾਰਾਮ 모ਹਨ ਰਾਏ ਨਬ੍ਰਮੋ ਸਮਾਜ ਦੀ ਸਥਾਪਨਾ ਕੀਤੀ ਸੀ ਤੇ ਇੱਥੋਂ ਹੀ ਮੰਗਲਬੰਦ ਨੇ ਜਿਹੜੇ ਕਿ ਵਿਦਰੋਹ ਦੀ ਸ਼ੁਰੂਆਤ ਕੀਤੀ ਸੀ ਤੇ 1911 ਈਸਵੀ ਤੱਕ ਕਲਕੱਤਾ ਭਾਰਤ ਵਿੱਚ ਜਿਹੜੇ ਕਿ ਅੰਗਰੇਜ਼ੀ ਸਾਮਰਾਜ ਦੀ ਰਾਸਤਾ ਨਹੀਂ ਰਿਹਾ ਸਭ ਤੋਂ ਮੇਨ ਇੰਪੋਰਟੈਂਟ ਲਾਈਨ ਇਹ ਹੈ ਕਿ 1911 ਈਸਵੀ ਤੱਕ ਕਲਕੱਤਾ ਭਾਰਤ ਦੇ ਵਿੱਚ ਜਿਹੜੇ ਕਿ ਅੰਗਰੇਜ਼ੀ ਸਾਮਰਾਜ ਦੀ ਰਾਜस्तानी ਰਹਾ ਤਾਂ ਕਰਕੇ ਜਿਹੜੀ ਕਿ ਉੱਥੇ ਤੁਸੀਂ ਕਲਕੱਤਾ ਫਿਲ ਕੀਤਾ ਆਪਾਂ ਨੇ ਕਲਕੱਤਾ ਹੋ ਗਿਆ ਤੇ ਕਲਕੱਤੇ ਤੋਂ ਬਾਅਦ ਉੱਪਰ ਵਾਲੀ ਸਾਈਡ ਤੇ ਇੱਥੇ ਤੁਸੀਂ ਭਰੋਗੇ ਪਲਾਸੀ ਪਲਾਸੀ ਦਾ ਸਥਾਨ ਜਿੱਥੇ ਪਲਾਸੀ ਦੀ ਲੜਾਈ ਹੋਈ ਸੀ ਤੇ ਪਲਾਸੀ ਦੀ ਜਿਹੜੀ ਕਿ ਲੜਾਈ ਹੋਈ ਸੀ ਇਹ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪਲਾਸੀ ਲੜਾਈ ਹੋਈ ਸੀ ਜਿਹੜੀ ਕਿ 23 ਜੂਨ 1757 ਈਸਵੀ ਨੂੰ ਪਲਾਸੀ ਲੜਾਈ ਹੋਈ ਸੀ ਇਹ ਲੜਾਈ ਹੋਈ ਸੀ ਅੰਗਰੇਜ਼ਾਂ ਤੇ ਬੰਗਾਲ ਦੇ ਨਵਾਬ ਸਰਾਜੂ ਦੌਲਾ ਦੇ ਵਿਚਕਾਰ ਹੋਈ ਸੀ ਤੇ ਇਸ ਲੜਾਈ ਦੇ ਵਿੱਚ ਜਿਹੜੇ ਕਿ ਸਰਾਜੂ ਦੌਲਾ ਹਾਰ ਗਿਆ ਸੀ ਬਾਅਦ ਵਿੱਚ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗ੍ਰਿਫਤਾਰ ਤੋਂ ਬਾਅਦ ਆ ਜਿਹੜੇ ਕਿ ਉਹਨੂੰ ਉਹਦਾ ਕਤਲ ਕਰ ਦਿੱਤਾ ਗਿਆ ਸੀ ਤੇ ਪਲਾਸੀ ਲੜਾਈ ਜਿਹੜੇ ਕਿ ਮਹੱਤਵਪੂਰਨ ਲੜਾਈ ਸੀ ਤਾਂ ਇਹ ਇੱਥੇ ਜਿਹੜੇ ਕਿ ਪਲਾਸੀ ਤੁਸੀਂ ਇੱਥੇ ਫਿਲ ਕਰ ਦੇਣਾ ਪਹਿਲਾਂ ਕਲਕੱਤਾ ਕਲਕੱਤੇ ਦੇ ਉੱਪਰ ਹੈ ਜਿਹੜੇ ਕਿ ਪਲਾਸੀ ਤੇ ਕਿਉਂਕਿ ਪਲਾਸੀ ਦਾ ਸਥਾਨ ਵੀ ਪੱਛਮੀ ਬੰਗਾਲ ਦੇ ਵਿੱਚ ਸਥਿਤ ਹੈ ਇਹ ਦੋਨੋਂ ਹੋਗੇ ਪਲੇਸਿਸ ਕਿਉਂਕਿ ਤੁਸੀਂ ਚਾਰ ਹੀ ਫਿਲ ਕਰਨੇ ਨੇ ਬਟ ਇੱਥੇ ਮੈਂ 6 ਸਿੰਝਾ ਤੁਹਾਨੂੰ 7 ਕਰਵਾਉਂਗੀ ਤੁਸੀਂ ਐਨੀ 4 ਆਪਣੇ ਜਿਹੜੇ ਕਿ ਆਪਣੇ ਅਕੋਰਡਿੰਗ ਕਰ ਸਕਦੇ ਹੋ ਬੇਸ਼ੱਕ ਸਾਰੀ ਯਾਦ ਕਰ ਲਓ ਕਿਉਂਕਿ ਵੱਧ ਯਾਦ ਕੀਤੇ ਹੋਏ ਦਾ ਫਾਇਦਾ ਹੀ ਹੁੰਦਾ ਤੇ ਦੋਨੋਂ ਸਥਾਨ ਤੁਹਾਨੂੰ ਯਾਦ ਹੋ ਗਏ ਹੋਣੇ ਸਭ ਤੋਂ ਪਹਿਲਾਂ ਜਿਹੜੀ ਕਿ ਪੱਛਮੀ ਬੰਗਾਲ ਦੇ ਵਿੱਚ ਕਲਕੱਤਾ ਫਿਲ ਕਰਨਾ ਕਲਕੱਤੇ ਤੋਂ ਉੱਪਰ ਵਾਲੀ ਸਾਈਡ ਤੇ ਜਿਹੜੀ ਕਿ ਤੁਸੀਂ ਪਲਾਸੀ ਫਿਲ ਕਰਨਾ ਦੈਨ ਉਸ ਤੋਂ ਬਾਅਦ ਹੁਣ ਤੁਸੀਂ ਮੈਪ ਦੇ ਜਿਹੜੀ ਕਿ ਲੈਫਟ ਸਾਈਡ ਆਉਣਾ ਖੱਬੇ ਪਾਸੇ ਇਧਰ ਵਾਲੀ ਸਾਈਡ 'ਚ ਤੁਸੀਂ ਆਹ ਵਾਲਾ ਏਰੀਆ ਦੇਖ ਰਹੇ ਹੋ ਆ ਪੁਆਇੰਟ ਦੇਖ ਰਹੇ ਹੋ ਨਾ ਇਸ ਪੁਆਇੰਟ ਤੋਂ ਥੋੜਾ ਜਿਹਾ نیچے ਆ ਕੇ ਤੁਸੀਂ ਇੱਥੇ ਫਿਲ ਕਰੋਗੇ ਬੰਬਈ ਬੰਬਈ ਫਿਲ ਕਰਨਾ ਤੁਸੀਂ ਇੱਥੇ ਤਾਂ ਹੁਣ ਇਸ ਦੀ ਇੰਪੋਰਟੈਂਟ ਸੁਣ ਲਓ ਜਿਹੜੇ ਕਿ ਬੰਬਈ ਮਹਾਰਾਸ਼ਟਰ ਦੀ ਰਾਜਧਾਨੀ ਹੈ ਤੇ 1853 ਈਸਵੀ ਦੇ ਵਿੱਚ ਭਾਰਤ ਦੀ ਪਹਿਲੀ ਸੁੱਤੀ ਕੱਪੜਾ ਮਿਲਾ ਜਿਹੜੀ ਕਿ ਇੱਥੇ ਸਥਾਪਿਤ ਕੀਤੀ ਗਈ ਸੀ ਤੇ 1857 ਈਸਵੀ ਦੇ ਵਿੱਚ ਇੱਥੇ ਬੰਬਈ ਚ ਜਿਹੜੀ ਕਿ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਤੇ ਜਿਹੜੇ ਕਿ ਦਿਆਨੰਦ ਸਰਸਵਤੀ ਨੇ 1857 ਈਸਵੀ ਦੇ ਵਿੱਚ ਆਰੀਆ ਸਮਾਜ ਦੀ ਸਥਾਪਨਾ ਵੀ ਜਿਹੜੀ ਕਿ ਬੰਬਈ ਦੇ ਵਿੱਚ ਕੀਤੀ ਸੀ ਤੇ ਹਾਂਜੀ ਸਟੂਡੈਂਟ ਜਿਹੜੇ ਕਿ ਬੰਬਈ ਨੂੰ ਅੱਜ ਕੱਲ ਬੰਬਈ ਕਿਹਾ ਜਾਂਦਾ। ਇਹ ਬੰਬਈ ਇੱਥੇ ਮੈਂ ਤਾਂ ਫਿਲ ਕੀਤਾ ਕਿਉਂਕਿ ਆਪਾਂ ਜਿਹੜੇ ਕਿ ਪਹਿਲਾਂ ਵਾਲੇ ਸਥਾਨ ਆ ਜਿਹੜੇ ਕਿ ਉਹ ਇੱਥੇ ਇਤਿਹਾਸਿਕ ਸਥਾਨ ਫਿਲ ਕਰ ਰਹੇ ਹਾਂ ਤਾਂ ਕਰਕੇ ਜਿਹੜੀ ਕਿ ਬੰਬਈ ਬੰਬਈ ਲਿਖਤਾ ਤੁਸੀਂ ਮੰਮਈ ਵੀ ਲਿਖ ਸਕਦੇ ਹੋ ਤੇ ਅੱਜ ਕੱਲ ਇਹਦਾ ਨਾਂ ਹੈ ਜਿਹੜੇ ਕਿ ਬੰਬਈ ਦਾ ਮੁੰਬਈ ਆ। ਤੇ ਪਲਾਸੀ ਤੋਂ ਇਲਾਵਾ ਤੁਸੀਂ ਬਕਸਰ ਦਾ ਸਥਾਨ ਵੀ ਫਿਲ ਕਰ ਸਕਦੇ ਹੋ ਬਕਸਰ ਦਾ ਸਥਾਨ ਆ ਜਿਹੜੇ ਕਿ ਗੰਗਾ ਨਦੀ ਦੇ ਕਿਨਾਰੇ ਗੰਗਾ ਨਦੀ ਦੇ ਨੇੜੇ ਜਿਹੜੇ ਕਿ ਪੱਛਮੀ ਬੰਗਾਲ ਦੇ ਵਿੱਚ ਹੈ। ਗੰਗਾ ਦੇ ਕਿਨਾਰੇ ਬਿਹਾਰ ਦੇ ਵਿੱਚ ਬਕਸਰ ਦਾ ਜਿਹੜੇ ਕਿ ਸਥਾਨ ਵਿਅੂਸੀ ਫਿਲ ਕਰ ਸਕਦੇ ਹੋ ਇੱਥੇ ਜਾ ਜੂਗਾ ਉੱਪਰ ਵਾਲੀ ਸਾਈਡ ਦੈਨ ਉਸ ਤੋਂ ਬਾਅਦ ਤੁਸੀਂ ਪਾਕਿਸਤਾਨ ਵਾਲੀ ਸਾਈਡ ਤੇ ਜਾਣਾ ਇਹ ਵਾਲਾ ਸਾਰਾ ਏਰੀਆ ਪਾਕਿਸਤਾਨ ਦਾ ਤਾਂ ਪਾਕਿਸਤਾਨ ਵਾਲੀ ਸਾਈਡ ਤੇ ਤੁਸੀਂ ਇੱਥੇ ਭਰਨਾ ਲਾਹੌਰ ਉੱਪਰ ਵਾਲੀ ਸਾਈਡ ਤੇ ਇੱਥੇ ਜੀ ਤੁਸੀਂ ਭਰਨਾ ਜਿਹੜੇ ਕਿ ਲਾਹੌਰ ਲਾਹੌਰ ਭਰਨਾ ਤਾਂ ਹੁਣ ਲਾਹੌਰ ਦੀ ਕੀ ਇੰਪੋਰਟੈਂਸ ਆ ਜਿਹੜੇ ਕਿ ਲਾਹੌਰ ਅੱਜ ਕੱਲہ ਪਾਕਿਸਤਾਨ ਦਾ ਬਹੁਤ ਹੀ ਪ੍ਰਸਿੱਧ ਜਿਹੜੇ ਕਿ ਸ਼ਹਿਰ ਆ ਤੇ ਪੱਛਮੀ ਪੰਜਾਬ ਦੀ ਰਾਜਧਾਨੀ ਆ ਇਹ ਤੇ ਇਹ ਮੁਗਲਾਂ ਦੇ ਸਮੇਂ ਦਾ ਜਿਹੜੇ ਕਿ ਮਹੱਤਵਪੂਰਨ ਜਿਹੜੇ ਕਿ ਸਟੇਟ ਰਹਾ ਪ੍ਰਾਂਤ ਰਹਾ ਤੇ ਸਿੱਖਾਂ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਨੂੰ ਜਿਹੜੇ ਕਿ ਇੱਥੇ ਹੀ ਸ਼ਹੀਦ ਕੀਤਾ ਗਿਆ ਸੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਕਿ ਸਾਮਰਾਜ ਦੀ ਰਾਜਧਾਨੀ ਵੀ ਰਹਾ ਲਾਹੌਰ ਤੇ ਇਸ ਤੋਂ ਇਲਾਵਾ ਜਿਹੜੇ ਕਿ 31 ਦਸੰਬਰ 1929 ਨੂੰ ਕਾਂਗਰਸ ਪਾਰਟੀ ਨੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਦੇ ਹੇਠ ਇੱਥੇ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਸੀ ਤੇ 23 ਮਾਰਚ 1940 ਨੂੰ ਮੁਸਲਿਮ ਲੀਗ ਨੇ ਜਿਹੜੇ ਕਿ ਇੱਥੇ ਸੁਤੰਤਰ ਪਾਕਿਸਤਾਨ ਦਾ ਮਤਾ ਪਾਸ ਕੀਤਾ ਸੀ ਤਾਂ ਲਾਹੌਰ ਹੈ ਜਿਹੜੇ ਕਿ ਇਹਦੀ ਇਤਿਹਾਸਿਕ ਮਹੱਤਤਾ ਲਾਹੌਰ ਤੇ ਮੁੰਬਈ ਹੋ ਗਿਆ ਪਲਾਸੀ ਹੋ ਗਿਆ ਤੇ ਕਲਕੱਤਾ ਹੋ ਗਿਆ ਇਹ ਚਾਰ ਸਥਾਨ ਹੋ ਗਏ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਫਿਲ ਕਰਨਾ ਦਿੱਲੀ ਦੇ ਪਾਣੀਪਤ ਮੈਂ ਤੁਹਾਨੂੰ ਫਿਲ ਕਰਵਾਉਣੀ ਹੁਣ ਤਾਂ ਪਾਣੀਪੱਤੇ ਦਿੱਲੀ ਨੂੰ ਫਿਲ ਕਰਨ ਦੇ ਲਈ ਤੁਸੀਂ ਆਹ ਵਾਲਾ ਦੇਖੋ ਏਰੀਆ ਹਨਾ ਇਹਦੇ ਜਿਹੜੇ ਕਿ ਉੱਪਰ-ਉੱਪਰ ਵਾਲੀ ਸਾਈਡ 'ਤੇ ਤੁਸੀਂ ਫਿਲ ਕਰਨਾ ਤਾਂ ਇਹਨਾਂ ਦੋਨਾਂ ਦੇ ਵਿਚਕਾਰ ਕਿਉਂਕਿ ਜਿਹੜੇ ਕਿ ਪਾਣੀਪੱਤ ਜਿਹੜੇ ਕਿ ਉਹਦੇ ਵਿੱਚ ਜਾ ਰਿਹਾ ਹਰਿਆਣੇ ਦੇ ਵਿੱਚ ਤਾਂ ਆਪਾਂ ਜਿਹੜੇ ਕਿ ਆਹ ਵਾਲਾ ਪੰਜਾਬ ਸਟੇਟ ਇੱਥੋਂ ਜਿਹੜੇ ਕਿ ਅੱਗੇ ਹਰਿਆਣਾ ਆ ਜਾਊਗਾ ਤਾਂ ਇੱਥੇ ਆਪਾਂ ਫਿਲ ਕਰਾਂਗੇ ਤਾਂ ਇੱਥੇ ਜੇ ਆਪਾਂ ਫਿਲ ਕਰ ਦਾਂਗੇ ਇੱਥੇ ਪਾਣੀਪੱਤ ਹੁਣ ਪਾਣੀਪੱਤ ਦੀ ਤਾਂ ਤੁਹਾਨੂੰ ਇਤਿਹਾਸਿਕ ਮਹੱਤਤਾ ਪਤਾ ਹੈ ਕਿਉਂਕਿ ਪਾਣੀਪੱਤ ਦੇ ਸਥਾਨ ਤੇ ਜਿਹੜੇ ਕਿ ਤਿੰਨ ਲੜਾਈਆਂ ਹੋਈਆਂ ਨੇ ਤਾਂ ਤਿੰਨ ਲੜਾਈਆਂ ਕਿਹੜੀਆਂ-ਕਿਹੜੀਆਂ ਨੇ ਨਾਲ ਦੀ ਨਾਲੇ ਜਿਹੜੀ ਕਿ ਮੈਂ ਤੁਹਾਨੂੰ ਜਿਹੜੀ ਕਿ ਵਿਆਖਿਆ ਦੱਸ ਰਹੀ ਹਾਂ ਕਿਉਂਕਿ ਵਿਆਖਿਆ ਵੀ ਮੈਪ ਦੇ ਵਿੱਚ ਤੁਸੀਂ ਫਿਲ ਕਰਨ ਤੋਂ ਬਾਅਦ ਲਿਖਣੀ ਆ ਪਾਣੀਪੱਤ ਦੀ ਫਸਟ ਲੜਾਈ ਜਿਹੜੀ ਕਿ 1526 ਈਸਵੀ ਦੇ ਵਿੱਚ ਹੋਈ ਬਾਬਰ ਤੇ ਇਬਰਾਹਿਮ ਲੋਧੀ ਦੇ ਵਿਚਕਾਰ ਜਿਸ ਦੇ ਵਿੱਚ ਬਾਬਰ ਜੇਤੂ ਰਿਹਾ ਤੇ 1554 ਈਸਵੀ ਦੇ ਵਿੱਚ ਦੂਜੀ ਲੜਾਈ ਹੋਈ ਅਕਬਰ ਦੀ ਸੈਨਾਨ ਤੇ ਹੇਮੂ ਦੇ ਵਿਚਕਾਰ ਜਿਸ ਦੇ ਵਿੱਚ ਅਕਬਰ ਦੀ ਸੈਨਾਨ ਜਿਹੜੀ ਕਿ ਜੇਤੂ ਰਹੀ ਆ ਤੇ ਪਾ ਇਹ ਲੜਾਈ ਹੋਈ ਹੈ ਮਰਾਠਾ ਤੇ ਅਹਿਮਦ ਸ਼ਬਦਾਲੀ ਦੇ ਵਿਚਕਾਰ ਜਿਸ ਦੇ ਵਿੱਚ ਅਹਿਮਦ ਸ਼ਬਦਾਲੀ ਜਿਹੜੇ ਕਿ ਜੇਤੂ ਹੋ ਗਿਆ ਸੀ ਤੇ ਮਰਾਠੇ ਹਾਰ ਗਏ ਸੀ ਇਹ ਹੋ ਗਿਆ ਪਾਣੀਪਤ ਦੇ ਸਥਾਨ ਦੀ ਇਤਿਹਾਸਿਕ ਮਹੱਤਤਾ ਦਾ ਇਹਨ ਉਸ ਤੋਂ ਬਾਅਦ ਹੁਣ ਅੱਗੇ ਦਿੱਲੀ ਫਿਲ ਕਰਨਾ ਤਾਂ ਤੁਸੀਂ ਦਿੱਲੀ ਫਿਲ ਕਰੋਗੇ ਜਿਹੜੇ ਕਿ ਜਿੱਥੇ ਤੁਸੀਂ ਪਾਣੀਪਤ ਫਿਲ ਕੀਤਾ ਉਸ ਤੋਂ ਨੀਚੇ ਇੱਥੇ ਤੁਸੀਂ ਜਿਹੜੇ ਕਿ ਦਿੱਲੀ ਲਿਖਣਾ ਇੱਥੇ ਤੁਸੀਂ ਜਿਹੜੇ ਕਿ ਦਿੱਲੀ ਲਿਖ ਦੇਣਾ ਪਹਿਲਾ ਪਾਣੀਪਤ ਫਿਰ ਦਿੱਲੀ ਇਹਨਾਂ ਦਾ ਤੁਸੀਂ ਯਾਦ ਕੀ ਮ ਰੱਖਣਾ ਕਿ ਐਵੇਂ ਕਿਵੇਂ ਕਿੱਥੇ ਫਿਲ ਕਰਨੇ ਨੇ ਇਹ ਵਾਲੀ ਏਰੀਆ ਤੁਸੀਂ ਯਾਦ ਰੱਖਣਾ ਇਹ ਤਾਂ ਉੱਪਰ ਉੱਪਰ ਜੇ ਰੱਖਣਾ ਇਹ ਤਾਂ ਇੱਥੇ ਦਿੱਲੀ ਉੱਪਰ ਜਿਹੜੇ ਕੀ ਪਾਣੀਪਤ